ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਭਾਰਤੀ ਸੈਨਾ ਦੇ ਨਾਰਥ ਸਿਲੈਕਸ਼ਨ ਸੈਂਟਰ ਦੇ ਮੁੱਖ ਮੇਜਰ ਜਨਰਲ ਐਸ ਕੇ ਸਿੰਘ ਨੇ ਉਮੀਦ ਜਤਾਈ ਹੈ ਕਿ ਪਾਕਿਸਤਾਨ ਵਿੱਚ ਨਵੀਂ ਸਰਕਾਰ ਅਤੇ ਨਵੇਂ ਪ੍ਰਧਾਨ ਮੰਤਰੀ ਦੀਆਂ ਚੋਣਾਂ ਤੋਂ ਬਾਅਦ ਬਾਰਡਰ ਉੱਤੇ ਹਾਲਾਤ ਚਾਹੇ ਉਮੀਦ ਅਨੁਸਾਰ ਨਾ ਬਣਦੇ ਹੋਣ, ਪਰ ਭਾਰਤੀ ਸੈਨਾ ਹਰ ਇੱਕ ਹਾਲਾਤ ਦੇ ਲਈ ਤਿਆਰ ਹੈ, ਜਿਸ ਦੇ ਲਈ ਭਾਰਤੀ ਸੈਨਾ ਵਿੱਚ ਅਲੱਗ ਅਲੱਗ ਦੌਰ ਜਾਰੀ ਹੈ। NCC ਭਾਰਤੀ ਸੈਨਾ ਦੀ ਉਹ ਪਨੀਰੀ ਹੈ ਜਿੱਥੇ ਦੇਸ਼ ਦੀ ਸੈਨਾ ਦੇ ਲਈ ਕੈਡਿਟ ਤਿਆਰ ਕਰਕੇ ਉਹਨਾਂ ਨੂੰ ਆਰਮਡ ਸੈਨਾ ਦੇ ਲਈ ਭੇਜ ਦਿੱਤਾ ਜਾਂਦਾ ਹੈ। ਇਸੇ ਹੀ ਤਰ੍ਹਾਂ ਕਰੀਬ 300 ਕੈਡਿਟ ਜਿਨ੍ਹਾਂ ਨੂੰ NCC ਦਾ ਸੀ ਸਰਟੀਫਿਕੇਟ ਦਿੱਤਾ ਜਾਣਾ ਸੀ, ਉਹਨਾਂ ਦੇ ਲਈ ਸੈਨਿਕ ਸਕੂਲ ਕਪੂਰਥਲਾ ਵਿੱਚ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸੈਨਾ ਦੇ ਨਾਰਥ ਸਿਲੈਕਸ਼ਨ ਸੈਂਟਰ ਦੇ ਮੁੱਖ ਮੇਜਰ ਜਨਰਲ SK ਸਿੰਘ ਨੇ ਵਿਸ਼ੇਸ਼ ਰੂਪ ਵਿੱਚ ਭਾਗ ਲਿਆ ਅਤੇ ਨਾਲ ਹੀ ਯੁੱਧ ਵਿਰਾਮ ਦੀ ਉਮੀਦ ਜਤਾਈ ਹੈ। ਕੈਡਿਟਸ ਨੇ NCCC ਸਰਟੀਫਿਕੇਟ ਅੱਜ ਹਾਸਿਲ ਕੀਆ ਹੈ, ਇਹ ਬੜੀ ਮਿਹਨਤ ਸੇ ਮਿਲਤਾ ਹੈ ਔਰ ਉਨ ਸਭ ਕੋ ਮੈਂ ਮੁਬਾਰਕਬਾਦ ਦੇਣਾ ਚਾਹੂੰਗਾ ਔਰ ਸਾਥ ਹੀ ਉਨਕੋ ਇਹ ਅਹਿਸਾਸ ਹੋਣਾ ਚਾਹੀਏ ਕਿ ਇਹ ਪੇਪਰ ਨਹੀਂ ਹੈ ਸਿਰਫ NCCC ਸਰਟੀਫਿਕੇਟ, ਇਹ ਆਰਮਡ ਫੋਰਸਿਸ ਮੈਂ ਡਾਇਰੈਕਟ ਐਂਟਰੀ ਕੇ ਲੀਏ ਇਨਕੇ ਲੀਏ ਸੁਵਿਧਾ ਹੈ ਔਰ ਸਾਥ ਹੀ ਇੱਕ ਜੀਵਨ ਮੈਂ ਡਿਸਿਪਲਿਨ ਲਾਈਫ ਜੀਨੇ ਕੇ ਲੀਏ ਦੂਸਰੋ ਕੇ ਲੀਏ ਪ੍ਰੋਤਸਾਹਨ ਬਣਨੇ ਕੇ ਲੀਏ ਸੋਰਸ ਆਫ ਮੋਟੀਵੇਸ਼ਨ ਫਾਰ ਅਦਰਸ ਐਜ ਆਲਸੋ ਦੇ ਆਰ ਦੀ ਸੈਕਿੰਡ ਲਾਈਨ ਆਫ ਡਿਫੈਂਸ ਹਮਾਰੇ ਲੀਏ ਜਬ ਵੀ ਇੰਡੀਆ ਵਾਰ ਹਮ ਲੋਕ ਜਬ ਕਰਤੇ ਹੈ ਤੋ ਯਹੀ ਲੋਕ ਹੈ ਜੋ ਹਮੇ ਪਿੱਛੇ ਸੇ ਪਲੇਨਸ ਮੈਂ ਹਮੇ ਹੈਲਪ ਕਰਤੇ ਹੈ ਤੋ ਇਨਕੀ ਸ਼ੁਭਕਾਮਨਾ ਇਨਕੋ ਬਹੁਤ ਬਹੁਤ ਔਰ ਉਮੀਦ ਕਰਤੇ ਹੈ ਕਿ ਇਨਮੇ ਸੇ ਬਹੁਤ ਲੋਕ ਆਰਮਡ ਫੋਰਸਿਸ ਜੋ ਹੈ ਜੁਆਇਨ ਕਰੇਂਗੇ ਔਰ ਇਨਕੀ ਜੋ ਵਰਦੀ ਹੈ ਇਨਕਾ ਜੋ ਮੋਟੋ ਹੈ NCC ਕਾ ਯੂਨਿਟੀ ਔਰ ਡਿਸਿਪਲਿਨ ਬਿਕੋਜ ਯੂਨਿਟੀ ਇਨ ਡਾਇਵਰਸਿਟੀ ਕਾ ਇੱਕ ਬੜਾ ਜੀਤਾ ਜਾਗਤਾ ਨਮੂਨੇ ਹੈ ਯੇ ਐਂਡ ਔਰ ਦੂਸਰੋ ਕੇ ਪ੍ਰੋਤਸਾਹਨ ਕੇ ਲੀਏ ਜਿਸਸੇ ਕਿ ਇੱਕ ਡਿਸਿਪਲਿਨ ਲਾਈਫ ਜੀਵਨ ਮੈਂ ਜੀ ਜਾਏ, ਜ਼ਰੂਰੀ ਨਹੀਂ ਹੈ ਕਿ ਆਪ ਲੋਕ ਆਰਮਡ ਫੋਰਸਿਸ ਮੇਂ ਆਏ ਤੋ ਉਨਕੇ ਲੀਏ ਯੇ ਇੱਕ ਸੋਰਸ ਆਫ ਇੰਸਪਿਰੇਸ਼ਨ ਸੋਰਸ ਆਫ ਮੋਟੀਵੇਸ਼ਨ। ਓਕੇ ਸਰ, ਇੱਕ ਦੇਸ਼ ਕੀ ਬਾਤ ਕਰੇ, ਪਾਕਿਸਤਾਨ ਮੈਂ ਨਯਾ ਮੰਤਰੀ ਪ੍ਰਧਾਨ ਮੰਤਰੀ ਬਣੇ ਹੈ, ਅਗਰ ਕੋਈ ਹੈ ਹੋ ਸਕਤਾ ਹੈ ਕੋਈ ਲੜਾਈ ਦੇ ਬਾਰੇ ਮੈਂ ਕੁਛ ਐਸਾ ਕੋਈ ਹੱਲ ਪੜ ਸਕਦੀ ਹੈ? ਨਹੀਂ ਦੇਖੀਏ, ਲੜਾਈ ਜੋ ਹੈ ਕਿਸੇ ਵੀ ਚੀਜ਼ ਕਾ ਹੱਲ ਨਹੀਂ ਹੈ, ਲੜਾਈ ਕਿਸੇ ਵੀ ਚੀਜ਼ ਕਾ ਹੱਲ ਨਹੀਂ ਹੈ। ਲੜਾਈ ਤੋਂ ਬਿਲਕੁਲ ਲਾਸਟ ਰਿਜ਼ੋਰਟ ਹੁੰਦਾ ਹੈ ਕਿ ਜਬ ਕੁਛ ਨਹੀਂ ਸਮਾਧਾਨ ਨਿਕਲ ਰਿਹਾ ਹੈ ਤਾਂ ਲੜਾਈ ਹੁੰਦੀ ਹੈ, ਲੇਕਿਨ ਇਹ ਨਹੀਂ ਹੈ ਕਿ ਆਖਰੀ ਚੀਜ਼ ਹੈ ਤਾਂ ਹਮ ਲੋਕ ਇਸਕੇ ਲੀਏ ਤਿਆਰੀ ਨਾ ਕਰੇ, ਇਸ ਲਈ ਹਮੇ ਹਰ ਵਕਤ ਤਿਆਰ ਰਹਿਣਾ ਪੜਤਾ ਹੈ ਔਰ ਉਸੀ ਕੇ ਲੀਏ ਯਹੀ ਇਨ ਲੋਕੋਂ ਕੀ ਖਾਸ ਤੌਰ ਪਰ ਬਹੁਤ ਜ਼ਰੂਰਤ ਪੜਤੀ ਕਿਉਂਕਿ ਯਹੀ ਯੂਥ ਹੈ, ਇਨ੍ਹੀਂ ਮੇਂ ਸੇ ਹੀ ਜੋ ਹੈ ਆਗੇ ਬਣ ਕੇ ਫਿਊਚਰ ਜਨਰਲਸ ਹੈ, ਫਿਊਚਰ ਹਮਾਰਾ ਨੇਸ਼ਨ ਹੈ, ਵੋ ਫਿਊਚਰ ਜੋ ਹੈ ਯਹੀ ਲੋਕ ਹੈ। ਯਾਨੀ ਕਿ ਕਹਿਣੇ ਕਾ ਮਤਲਬ ਇਹ ਹੈ ਕਿ ਜੈਸੇ ਪਾਕਿਸਤਾਨ ਮੇਂ ਨਏ ਪ੍ਰਧਾਨ ਮੰਤਰੀ ਬਣੇ ਹੈ ਉਸਕੇ ਬਾਅਦ ਕੁਛ ਉਠਾ ਪਟਕ ਜਾਂ ਕੁਛ ਐਸਾ ਲਗਤਾ ਹੈ ਕਿ ਹੋਗਾ? ਨਹੀਂ, ਉਮੀਦ ਤੋ ਸਭੀ ਕੋ ਹੈ ਕਿ ਭਾਈ ਕੁਛ ਨਾ ਕੁਛ ਚੇਂਜਸ ਆਨੇ ਚਾਹੀਏ, ਜੈਸਾ ਚੱਲ ਰਿਹਾ ਹੈ ਵੈਸੇ ਨਹੀਂ ਹੋਣਾ ਚਾਹੀਏ, ਜੈਸੇ ਵੋ ਟੈਰਰਿਜ਼ਮ ਮੇਂ ਕਮੀ ਆਨੀ ਚਾਹੀਏ ਔਰ ਜੋ ਵੀ ਮਸਲੇ ਹੈ ਆਪਸ ਮੇਂ ਬਾਤਚੀਤ ਕੇ ਜ਼ਰੀਏ ਸੁਲਝਾਨੇ ਚਾਹੀਏ। ਠੀਕ ਹੈ, ਔਰ ਸਰ ਜੈਸੇ ਉਮੀਦ ਤੋ ਸਭੀ ਕੋ ਹੈ, ਸਿਲੈਕਸ਼ਨ ਸੈਂਟਰ ਨਾਰਥ ਹੈ ਕਪੂਰਥਲਾ ਮੇਂ ਸਥਾਪਿਤ ਹੈ ਔਰ ਅਬ ਤੱਕ ਸਿਲੈਕਸ਼ਨ ਸੈਂਟਰ ਨਾਰਥ ਕੋ ਲੇਕਰ ਰਿਕਰੂਟਮੈਂਟ ਕੋ ਲੇਕਰ ਕਿਆ ਕੁਛ ਬੜੋਤੀ ਹੋਈ ਹੈ? ਪਿੱਛੇ ਕਾਫੀ ਕਮੀ ਥੀ ਆਰਮ ਫੋਰਸ ਮੇਂ, ਕਾਫੀ ਸਿਲੈਕਸ਼ਨ ਨਹੀਂ ਹੋ ਪਾ ਰਹੀ ਥੀ, ਕੁਛ ਨਈ ਚੀਜ਼ਾਂ ਨਹੀਂ ਆਤੀ ਕੁਛ? ਨਹੀਂ, ਐਸਾ ਨਹੀਂ ਹੈ ਕਿ ਆਰਮ ਫੋਰਸ ਮੇਂ ਸਿਲੈਕਸ਼ਨ ਨਹੀਂ ਹੋ ਰਹਾ ਥਾ, ਬਸ ਯੇ ਥਾ ਕਿ ਯਹਾਂ ਸੇ ਨੀਅਰੈਸਟ ਸੈਂਟਰ ਜੋ ਥਾ ਵੋ ਅਲਾਹਾਬਾਦ ਮੇਂ ਥਾ, ਤੋ ਅਬ ਜੋ ਸੇ ਜੋ JNK ਸੇ ਪੰਜਾਬ ਸੇ ਹਰਿਆਣਾ ਸੇ ਯੇ ਸਾਰੇ ਸਟੂਡੈਂਟ ਜੋ ਥੇ ਵਹਾਂ ਪਰ ਇੰਟਰਵਿਊ ਕੇ ਲੀਏ ਜਾਤੇ ਥੇ ਅਲਾਹਾਬਾਦ, ਜੋ ਕਿ ਦੂਰ ਪੜਤਾ ਥਾ, ਇਸ ਲਈ ਜ਼ਰੂਰਤ ਮਹਿਸੂਸ ਕੀ ਗਈ ਕਿ ਯਹਾਂ ਪਰ ਵੀ ਇੱਕ ਸਿਲੈਕਸ਼ਨ ਸੈਂਟਰ ਹੋਣਾ ਚਾਹੀਏ ਜੋ ਕਿ ਨਾਰਦਰਨ ਰੀਜਨ ਕੋ ਦੇਖੇਗਾ, ਤੋ ਹਮਾਰੇ ਪਾਸ ਕੈਡਿਟਸ ਜੋ ਸਟੂਡੈਂਟਸ ਆਤੇ ਹੈ ਵੋ JNK ਹਰਿਆਣਾ ਰਾਜਸਥਾਨ ਪੰਜਾਬ ਦਿੱਲੀ, ਕਿਉਂਕਿ ਉਨਕੇ ਲੀਏ ਨੀਅਰੈਸਟ ਪੜਤਾ ਹੈ, ਤੋ ਯਹਾਂ ਸੇ ਯੇ ਲੋਕ ਆਤੇ ਹੈ ਹਮਾਰੇ ਪਾਸ ਇੰਟਰਵਿਊ ਕੇ ਲੀਏ, ਤੋ ਨੈਚੁਰਲੀ ਹਮਾਰੇ ਪਾਸ ਦੋ ਸਿਲੈਕਸ਼ਨ ਬੋਰਡ ਯਹਾਂ ਪਰ ਐਕਸਟਰਾ ਕ੍ਰੀਏਟ ਕੀਏ ਗਏ ਹੈ, ਤੋ ਇਨਟੇਕ ਜੋ ਹੈ ਅਵਸ਼ਯ ਹੈ ਕਿ ਉਹ ਬੜੇਗਾ। ਬੜੇਗਾ ਨਹੀਂ, ਜੈਸੇ ਪਹਿਲੇ ਪੰਜਾਬ ਕੋ ਲੋਕ ਕਾਫੀ ਜ਼ਿਆਦਾ ਆਰਮੀ ਮੇਂ ਥੇ, ਪਿੱਛੇ ਜਬ ਸੇ ਜੇ ਡਰੱਗ ਅਬਿਊਜ਼ ਕਾ ਚੱਕਰ ਹੋਆ ਉਸਕੇ ਬਾਅਦ ਪੰਜਾਬ ਕੇ ਵੋ ਗੱਭਰੂਓਂ ਮੇਂ ਵੋ ਬਾਤ ਨਹੀਂ ਰਹਿ ਗਈ, ਸਿਲੈਕਸ਼ਨ ਨਹੀਂ ਹੋ ਪਾ ਰਹੀ ਇਨਕੀ, ਰੈਲੀਆਂ ਲਗਾਤਾਰ ਹੋ ਰਹੀ ਹੈ ਉਸਕੇ ਬਾਵਜੂਦ ਵੀ ਵੋ ਆਊਟ। ਯੂਥਸ ਮੈਨੇ ਦੇਖਾ ਹੈ ਜੋ ਯਹਾਂ ਪਰ ਪੰਜਾਬ ਕਾ ਯੂਥ ਜੋ ਹੈ ਵੋ ਥੋੜ੍ਹਾ ਕਮ ਆ ਰਹਾ ਹੈ, ਜੀ ਪਹਿਲੇ ਜ਼ਿਆਦਾ ਆਇਆ ਕਰਤੇ ਥੇ ਵੋਲੰਟੀਅਰਸ, ਪਹਿਲੇ ਜ਼ਿਆਦਾ ਥੇ, ਯੂਥ ਕਮ ਜ਼ਰੂਰ ਹੋਇਆ ਹੈ, ਲੇਕਿਨ ਐਸਾ ਨਹੀਂ ਹੈ ਕਿ ਲੋਕ ਆ ਨਹੀਂ ਰਹੇ, ਲੋਕ ਆਤੇ ਹੈ ਔਰ ਸਿਲੈਕਸ਼ਨ ਵੀ ਹੋਤਾ ਹੈ, ਕਿਉਂਕਿ ਸਿਲੈਕਸ਼ਨ ਪੰਜਾਬ ਸੇ ਵੀ ਸਿਲੈਕਸ਼ਨਸ ਹੋ ਰਹੇ ਹੈ। ਨਹੀਂ, ਵੋ ਜੋ ਜੋ ਆਰਮੀ ਕੇ ਲੀਏ ਰਿਕੁਆਇਰਡ ਹਾਂ ਵੋ ਹੈ, ਵੋ ਫੁਲਫਿਲ ਨਹੀਂ ਕਰ ਪਾ ਰਹੇ, ਉਸੀ ਵਜ੍ਹਾ ਸੇ ਤੋ ਉਨਕਾ ਪਰਸੈਂਟੇਜ ਜੋ ਹੈ ਸਿਲੈਕਸ਼ਨ ਕੀ ਡਾਊਨ ਹੋ ਰਹੀ ਹੈ, ਇਸਕੋ ਕਿਉਂਕਿ ਹਮ ਲੋਗੋਂ ਕੇ ਉਸਮੇ ਜੋ ਕ੍ਰਾਈਟੇਰੀਆ ਹੈ ਸਿਲੈਕਸ਼ਨ ਕਾ ਉਸਮੇ ਕੋਈ ਹਮਨੇ ਡਿਲੂਸ਼ਨ ਨਹੀਂ ਕੀਤਾ ਹੈ, ਉਸਮੇ ਤੋ ਕੰਪਰੋਮਾਈਜ਼ ਹੋਗਾ ਨਹੀਂ, ਕੰਪਰੋਮਾਈਜ਼ ਹਮ ਲੋਗ ਕਰ ਨਹੀਂ ਸਕਤੇ ਹੈ, ਇਸ ਵਜ੍ਹਾ ਸੇ ਅਬ ਨੈਚੁਰਲੀ
ये लोग उतना नहीं मीट कर पाते, लेकिन जो मीट करता है वो लोग सेलेक्ट होते हैं। ठीक, और ऐसा नहीं है कि हो नहीं रहे, हो ही रहे हैं, हाँ बस उतने तादाद में नहीं हो रहे जितने होने चाहिए थे पंजाब से। ज्यादा एक्सपेक्टेशन ज्यादा है पंजाब से, हमेशा रही है, हमेशा रही है। और यहाँ पे एक सर्विस में समागम दौरान उत्तम कैडेट का विशेष रूप में सम्मान किया गया। मेजर जनरल एस के सिंह ने एनसीसी नूं भारतीय सेना की पनीरी दसिया। उधर भारत के आर्मी सैक्शन सेंटर विच पंजाब के नौजवानों की घट भागीदारी दे लई उन्हां दे शरीरक दम की कमी नूं जिम्मेवार दसिया गया। भारत उम्मीद रखता है कि देश दीयां सरहदां ते अमन शांति बनी रहे, लेकिन जदों कोई गल किसी भी तरह के मुकाबले की होवे ਤਾਂ ਨੌਜਵਾਨਾਂ ਨੂੰ ਐਨਸੀਸੀ ਤੋਂ ਮਿਲਣ ਵਾਲੀ ਟ੍ਰੇਨਿੰਗ ਕਾਫੀ ਸਹਾਇਕ ਅਤੇ ਸਾਰਥਕ ਹੁੰਦੀ ਹੈ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ। ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।